ਇਸ ਵੇਲੇ ਦੀ ਵੱਡੀ ਖਬਰ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਨਾਲ ਸੰਬੰਧਿਤ ਹੈ। ਡੇਰਾ ਪ੍ਰੇਮੀਆਂ ਨੇ ਬਿੱਟੂ ਦਾ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਡੇਰਾ ਪ੍ਰੇਮੀਆਂ ਦੇ ਝੂਠੇ ਪਰਚੇ ਰੱਦ ਨਹੀਂ ਕੀਤੇ ਜਾਂਦੇ ਅਤੇ ਜੇਲ੍ਹ 'ਚ ਬੰਦ ਬਿੱਟੂ ਦੇ ਹਮਲਾ ਕਰਨ ਵਾਲਿਆਂ 'ਤੇ ਸਖ਼ਤ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਉਹ ਧਰਨੇ ਦੇ ਨਾਲ ਨਾਲ ਬਿੱਟੂ ਦਾ ਸੰਸਕਾਰ ਨਹੀਂ ਕਰਨਗੇ। ਇਸ ਖਬਰ 'ਤੇ ਹੋਰ ਤਮਾਮ ਜਾਣਕਾਰੀ ਲਈ ਜੁੜਦੇ ਹਾਂ ਸਾਡੇ ਪੱਤਰਕਾਰ ਗੁਰਜੀਤ ਰੋਮਾਨਾ ਦੇ ਨਾਲ। ਗੁਰਜੀਤ ਜੀ, ਕੀ ਅਪਡੇਟ ਹੈ ਮਾਮਲੇ ਦੇ ਵਿੱਚ? ਜਿਹੜਾ ਮਹਿੰਦਰਪਾਲ ਬਿੱਟੂ ਦਾ ਕਤਲ ਹੋਇਆ ਸੀ ਨਾ, ਆਪੇ ਹੁਣ ਜੋ ਗੱਲਾਂ ਸਾਨੂੰ ਸੁਣਨ ਦੇ ਵਿੱਚ ਮਿਲ ਰਹੀਆਂ ਨੇ ਕਿ ਪ੍ਰੇਮੀਆਂ ਨੇ ਜੋ ਪ੍ਰਸ਼ਾਸਨ ਦੇ ਅੱਗੇ ਕੁਝ ਮੰਗਾਂ ਰੱਖੀਆਂ ਨੇ, ਕੀ ਅਪਡੇਟ ਹੈ ਪੂਰੇ ਮਾਮਲੇ ਤੇ? ਕ੍ਰਿਸ਼ਨ ਜੀ, ਦੱਸਣਾ ਚਾਹਾਂਗਾ ਕਿ ਫਰੀਦਕੋਟ ਦੇ ਕੋਟ ਕਪੂਰਾ ਦੇ ਮਹਿੰਦਰਪਾਲ ਬਿੱਟੂ ਦਾ ਬੀਤੇ ਕੱਲ ਜਿਹੜਾ ਨਾਭਾ ਜੇਲ੍ਹ ਦੇ ਵਿੱਚ ਦੋ ਲੋਕਾਂ ਵੱਲੋਂ ਉਸ ਤੇ ਹਮਲਾ ਕੀਤਾ ਗਿਆ ਸੀਗਾ, ਉਹਨਾਂ ਕੁੱਟਮਾਰ ਕੀਤੀ ਸੀ। ਉਸ ਤੋਂ ਬਾਅਦ ਜਿਹੜੀ ਉਹਦੀ ਹਸਪਤਾਲ ਲਿਆਂਦੇ ਮੌਤ ਹੋ ਗਈ ਸੀਗੀ। ਅੱਜ ਜਿਹੜੀ ਉਸਦੀ ਜਿਹੜੀ ਡੈਡ ਬੋਡੀ ਹੈ ਕੋਟ ਕਪੂਰਾ ਦੇ ਜਿਹੜੇ ਨਾਮ ਚਰਚਾ ਘਰ ਦੇ ਵਿੱਚ ਸੁਬਾਹ ਲਿਆਂਦੀ ਗਈ ਹੈ। ਨਾਮ ਚਰਚਾ ਘਰ ਦੇ ਵਿੱਚ ਜੇ ਗੱਲ ਕਰੀਏ, ਹੁਣ ਤੱਕ ਕਾਫੀ ਵੱਡੀ ਤਾਦਾਦ ਦੇ ਵਿੱਚ ਜਿਹੜੀ ਡੇਰਾ ਪ੍ਰੇਮੀ ਦੀ ਸੰਗਤ ਹੈ, ਜੇ ਉਹ ਗੱਲ ਕਰੀਏ ਆਪਾਂ ਪੰਜਾਬ ਤੋਂ ਬਾਹਰ ਹਰਿਆਣਾ ਦੇ, ਉੱਥੋਂ ਦੀ ਵੀ ਜਿਹੜੀ ਇੱਥੇ ਸੰਗਤ ਪਹੁੰਚੀ ਹੋਈ ਹੈ। ਲੰਮਾ ਸਮਾਂ ਜਿਹੜੀ ਹੈਗੀ ਹੈ ਸੰਗਤ ਵੱਲੋਂ ਇਹ ਜਿਹੜਾ ਆਪਣੀ ਮੀਟਿੰਗ ਕੀਤੀ ਗਈ ਹੈ। ਮੀਟਿੰਗ ਦੇ ਬਾਅਦ ਉਹਨਾਂ ਨੇ ਦੋ ਜਿਹੜੀਆਂ ਮੁੱਖ ਮੰਗਾਂ ਪ੍ਰਸ਼ਾਸਨ ਦੇ ਸਾਹਮਣੇ ਉਹਨਾਂ ਨੇ ਪਰੋਸ ਦਿੱਤੀਆਂ। ਪਹਿਲੀ ਮੰਗ ਉਹਨਾਂ ਨੇ ਇਹ ਰੱਖੀ ਹੈ ਕਿ ਜਿਹੜੇ ਲੋਕਾਂ ਨੇ ਉੱਥੇ ਕੋਈ ਝੜਪ ਨਹੀਂ ਹੋਈ ਨਾਭਾ ਜੇਲ੍ਹ ਦੇ ਵਿੱਚ, ਦੋ ਲੋਕਾਂ ਨੇ ਜਿਹੜਾ ਨੇ ਇਹ ਬਿੱਟੂ ਦਾ ਕਤਲ ਕੀਤਾ ਹੈ, ਇਹਦੀ ਜੁਡੀਸ਼ਲੀ ਜਿਹੜੀ ਜਾਂਚ ਹੋਣੀ ਚਾਹੀਦੀ ਹੈ। ਇਹ ਪੂਰਾ ਪਤਾ ਲਾਉਣਾ ਚਾਹੀਦਾ ਕਿ ਇਸ ਦੋ ਲੋਕ ਨੇ ਇਹ ਲੋਕਾਂ ਦੇ ਪਿੱਛੇ ਕੌਣ ਹੈ, ਕੀ ਨੇ ਜਿਹੜਾ ਇਹ ਸਾਜ਼ਿਸ਼ ਦੇ ਤਹਿਤ ਕਤਲ ਕਰਵਾਇਆ। ਦੂਜੀ ਉਹਨਾਂ ਨੇ ਮੰਗ ਕੀਤੀ ਵੀ ਜਿਹੜੀ ਇਹ ਨੌਬਤ ਆਈ ਹੈ, ਝੂਠੇ ਜਿਹੜੇ ਪਰਚੇ ਦਰਜ ਕੀਤੇ ਗਏ ਆ ਜਿਹੜੇ, ਉਹ ਸਾਰੇ ਜਿਹੜੇ ਖਾਰਜ ਕਰਵਾਉਣ ਦੀ ਉਹਨਾਂ ਨੇ ਮੰਗ ਕੀਤੀ ਹੈ। ਨਾਲ ਹੀ ਦੱਸ ਦਈਏ ਕਿ ਉਹਨਾਂ ਨੇ ਇਹ ਐਲਾਨ ਕਰਤਾ ਕਿ ਜਿਹੜਾ ਸਾਡਾ ਜਿਹੜਾ ਸੰਘਰਸ਼ ਹੈ ਉਹ ਸ਼ਾਂਤਮਈ ਤਰੀਕੇ ਦੇ ਨਾਲ ਜ਼ਿਲ੍ਹੇ ਦੇ ਵਿੱਚ ਜਿਹੜਾ ਜਾਰੀ ਰਹੇਗਾ, ਜਿੰਨਾ ਚਿਰ ਇਹ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਤੱਕ ਅਸੀਂ ਜਿਹੜੀ ਹੈਗੀ ਹੈ ਮਹਿੰਦਰਪਾਲ ਬਿੱਟੂ ਦਾ ਸੰਸਕਾਰ ਨਹੀਂ ਕਰਾਂਗੇ। ਜੀ ਗੁਰਜੀਤ ਜੀ, ਇੱਕ ਹੋਰ ਸਵਾਲ ਪੁੱਛਣਾ ਚਾਹਾਂਗਾ, ਕਿੰਨੀ ਕੁ ਗਿਣਤੀ ਦੇ ਵਿੱਚ ਡੇਰਾ ਸਮਰਥਕ ਨੇ ਉਹ ਉੱਥੇ ਜੁਟੇ ਹੋਏ ਨੇ ਕੋਟਕਪੁਰਾ ਦੇ ਵਿੱਚ? ਦੱਸਣਾ ਚਾਹਾਂਗਾ ਕਿ ਪੂਰੇ ਪੰਜਾਬ ਦੇ ਪ੍ਰੇਮੀ ਔਰ ਨਾਲ ਹੀ ਦੂਜੇ ਜਿਹੜੇ ਹਰਿਆਣਾ ਜਾਂ ਹੋਰ ਕਿਸੇ ਸਟੇਟਾਂ ਦੇ ਵੀ ਇੱਥੇ ਪ੍ਰੇਮੀ ਪਹੁੰਚੇ ਹੈ। ਜੇਕਰ ਗੱਲ ਕਰੀਏ ਤਾਂ ਅੰਦਾਜ਼ਾ ਹੈਗਾ ਜੀ 4 to 5 thousand ਦੇ ਕਰੀਬ ਲੱਗਦਾ ਵੀ ਹੋ ਸਕਦਾ ਇਹ ਪ੍ਰੇਮੀ ਇੱਥੇ ਜਮ੍ਹਾਂ ਹੋਏ ਹੋਣ, ਕਿਉਂਕਿ ਕਾਫੀ ਵੱਡੀ ਤਾਦਾਦ ਦੇ ਵਿੱਚ ਨਾਮ ਚਰਚਾ ਘਰ ਦਾ ਜਿਹੜਾ ਡੇਰਾ ਬਣਿਆ ਉਹਦੇ ਵਿੱਚ ਪੂਰੇ ਜਿਹੜਾ ਡੇਰੇ ਦੇ ਵਿੱਚ ਉਹ ਪ੍ਰੇਮੀ ਜਿਹੜੇ ਜੁੜ ਬੈਠੇ ਆ। ਜੀ ਜੀ ਗੁਰਜੀਤ ਜੀ, ਬਹੁਤ ਬਹੁਤ ਧੰਨਵਾਦ ਜੀ ਸਾਨੂੰ ਜਾਣਕਾਰੀ ਦੇਣ ਲਈ ਤੇ ਪੂਰੇ ਮਾਮਲੇ ਤੇ ਤੁਹਾਡੇ ਤੋਂ ਅਪਡੇਟ ਫੇਰ ਲੈਂਦੇ ਰਹਾਂਗੇ। ਬਹੁਤ ਬਹੁਤ ਧੰਨਵਾਦ ਜੀ। ਡਿਸੀਜਨ ਸੰਗਤ ਦਾ ਇਹੀ ਲਿਆ ਗਿਆ ਜੀ ਵੀ ਸਾਡੇ 'ਤੇ ਜੋ ਤਸ਼ੱਦਦ ਹੋਇਆ ਇੱਕ ਸਾਜ਼ਿਸ਼ ਦੇ ਤਹਿਤ ਇਹ ਕਤਲ ਕੀਤਾ ਗਿਆ ਅਤੇ ਇਹਦੇ ਜਿਹੜਾ ਹੈਗਾ ਇਨਸਾਫ਼ ਦੀ ਅਸੀਂ ਮੰਗ ਕਰਦੇ ਹਾਂ, ਜਿਹਦੇ 'ਚ ਦੋ ਮੰਗਾਂ ਅਸੀਂ ਰੱਖੀਆਂ ਪ੍ਰਸ਼ਾਸਨ ਦੇ ਅੱਗੇ ਵੀ ਮੀਡੀਆ ਦੇ ਵਿੱਚ ਵੀ ਤੁਹਾਨੂੰ ਗੁਜ਼ਾਰਿਸ਼ ਕਰ ਰਹੇ ਹਾਂ ਵੀ ਸਾਡੀ ਆਵਾਜ਼ ਨੂੰ ਜਨ ਜਨ ਤੱਕ ਪਹੁੰਚਾਓ। ਸਾਡੇ ਨਾਲ ਧੱਕਾ ਹੋਇਆ ਤਾਂ ਇੱਕ ਸਿਆਸੀ ਜੋ ਕਤਲ ਇਹ ਪਲੈਨਿੰਗ ਦੇ ਨਾਲ ਜੋ ਕਤਲ ਹੋਇਆ ਉਹਦੀ ਜੁਡੀਸ਼ਰੀ ਇੱਕ ਜਾਂਚ ਹੋਵੇ ਵੀ ਉਹ ਦੋ ਲੋਕ ਹੀ ਨਹੀਂ, ਉਹਨਾਂ ਦੇ ਪਿੱਛੇ ਉਹਨਾਂ ਨੂੰ ਸੁਜੈਸਟ ਕਰਨ ਵਾਲਾ ਕੌਣ ਹੈ, ਕਿਹਨੇ ਪਲੈਨਿੰਗ ਕੀਤੀ, ਉੱਥੇ ਜਿਹੜੇ ਸੈੱਲ ਦੇ ਵਿੱਚ ਹੋਰ ਕਿਸੇ ਨੂੰ ਜਾਣ ਦੀ ਇਜਾਜ਼ਤ ਹੀ ਨਹੀਂ ਹੈ, ਕਿਵੇਂ ਖੁੱਲ੍ਹੇ ਦੇ ਵਿੱਚ ਉੱਥੇ ਜਾ ਕੇ ਜਿਹੜਾ ਹੈਗਾ ਅਟੈਕ ਹੋਇਆ, ਇਹ ਕੋਈ ਝੜਪ ਨਹੀਂ ਹੈ, ਇਹ ਕਤਲ ਕਰਵਾਇਆ ਗਿਆ, ਇਹ ਮੰਗ ਹੈ। ਦੂਜੀ ਮੰਗ ਹੈ ਜਿਹੜੀ ਸਾਡੀ ਕਿ ਜਿਸ ਸਿਸਟਮ ਦੀ ਵਜ੍ਹਾ ਨਾਲ ਇਹ ਪਰਚਾ ਹੋਇਆ, ਜਿਸ ਸਿਸਟਮ ਦੀ ਵਜ੍ਹਾ ਨਾਲ ਇੱਥੇ ਪਹੁੰਚੇ, ਇਹ ਨੌਬਤ ਆਈ ਹੈ ਜਿਹੜਾ ਕਿ ਇਹਨਾਂ 'ਤੇ ਬੇਅਦਬੀ ਵਾਲਾ ਪਰਚਾ ਪਾਇਆ ਗਿਆ,
ਉਹ ਸਰਾਸਰ ਝੂਠਾ ਹੈ। ਅਸੀਂ ਇਹ ਮੰਗ ਕਰਦੇ ਹਾਂ ਵੀ ਉਹ ਝੂਠੇ ਪਰਜੇ ਖਾਰਜ ਕੀਤੇ ਜਾਣ, ਖਤਮ ਕੀਤੇ ਜਾਣ। ਫੈਸਲਾ ਇਹੀ ਹੈ ਵੀ ਬੈਠੇ ਹੈ, ਇਨਸਾਫ ਦੀ ਮੰਗ ਕਰਦੇ ਹਾਂ। ਪ੍ਰਸ਼ਾਸਨ ਸਾਡੀਆਂ ਜਾਇਜ਼ ਜੋ ਮੰਗਾਂ ਹੈ ਉਹਨਾਂ ਨੂੰ ਮੰਨਦਾ, ਕਿਵੇਂ ਲੈਂਦਾ, ਉਸ ਤੋਂ ਬਾਅਦ ਜੋ ਵੀ ਹੋਊਗਾ ਫੈਸਲਾ। ਨਹੀਂ, ਅਜੇ ਤੱਕ ਤਾਂ ਕੋਈ ਅੰਤਿਮ ਸੰਸਕਾਰ ਦੀ ਕੋਈ ਗੱਲ ਨਹੀਂ। ਇੱਥੇ ਤੁਹਾਨੂੰ ਦੱਸ ਦੀ ਕਿ ਮਹਿੰਦਰਪਾਲ ਬਿੱਟੂ ਨਾਭਾ ਦੀ ਨਵੀਂ ਜੇਲ੍ਹ 'ਚ ਬਰਗਾੜੀ ਬੇਅਦਬੀ ਮਾਮਲਿਆਂ ਅਧੀਨ ਹਵਾਲਾਤੀ ਸੀ, ਜਿਸ ਨੂੰ ਕੱਲ੍ਹ ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਜੇਲ੍ਹ 'ਚ ਮੌਤ ਦੀ ਘਾਟ ਉਤਾਰ ਦਿੱਤਾ। ਇਸ ਘਟਨਾ ਤੋਂ ਬਾਅਦ ਸੂਬੇ ਦੇ ਵਿੱਚ ਮਾਹੌਲ ਪੂਰੀ ਤਰ੍ਹਾਂ ਨਾਲ ਤਣਾਅਪੂਰਨ ਬਣਿਆ ਹੋਇਆ, ਜਿਸ ਨੂੰ ਦੇਖਦਿਆਂ ਪੰਜਾਬ ਸਰਕਾਰ ਦੇ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ। ਕੋਟੇਪੁਰਾ ਤੋਂ ਗੁਰਜੀਤ ਰਮਾਣਾ ਦੀ ਰਿਪੋਰਟ, ਚੈਨਲ ਪੰਜਾਬੀ।